ਬੁੜਿਆਂ ਨੂੰ ਕਿੱਦਾਂ ਦਿਖਾਉਂਦੇ ਬੁੜਿਆਂ ਨੂੰ? ਆ ਠੀਕ ਆ ਬਾਪੀ ਬਾਈ, ਬਾਪੀ ਗਲਤੀ ਆ ਮੇਰੀ, ਗਲਤੀ ਆ ਹੋ ਗਿਆ, ਆ ਦੇਖ ਬਾਈ ਇਹ ਤਾਂ ਕਿ ਹੋਈ ਗੱਲ ਹੋ ਗਈ ਦੀ ਇੱਕ ਹੋ ਗਈ ਨਾ ਗੁਸਤਾਖੀ ਮਾਫ ਨਹੀਂ ਨਹੀਂ ਕਣਕ ਰੱਖਦੇ ਨੱਕੇ ਮੂਹਰੇ, ਕਣਕ ਵੀ ਤੈਨੂੰ ਤੁਰ ਪੈਣੀ ਸਾਰਿਆਂ ਨੂੰ। ਚਲੋ ਜੀ ਇੱਧਰ ਮਲਕੀ ਬਾਈ ਦੇ ਮੁੰਡੇ ਨੂੰ ਬਾਈ ਕਾਲਾ, ਉਹ ਬਾਈ ਤੇਜ਼ ਕਰ ਰਹੇ ਆ, ਐ ਨੀ ਬੋਲੋ ਇਹਨਾਂ ਨਾਲ। ਉਹਨਾਂ ਉਦਣੇ ਕਿਹਾ ਸਾਨੂੰ, ਕਹਿੰਦਾ ਬਾਈ ਤੇਜ਼ ਬਾਈ ਮਰ ਜਾ। ਪਰ ਤੂੰ ਆ ਤੇਜ਼ ਕਰ ਡਰ, ਗੁਰਬੀ ਲਾਇਆ ਹੋਣਾ ਹਲਾ ਮਾਂ ਕੇ ਬਾਲਟੀਆਂ, ਕਹਿੰਦਾ ਗੁਰਬੀ ਲਾਇਆ ਹੋਣਾ ਬੋਲ ਖਾਲੀਆਂ ਹੀ ਬਣਾ ਦੀ ਕਹਿੰਦਾ ਖੇਚ ਚੱਲ ਦੇਖਾਂ ਵਜੇ ਨੂੰ ਲੈ। ਹੁਣ ਮੈਂ ਬੈਠਣਾ ਡੈਕਟਰ ਲੰਬੇ ਬੜਾ ਪਲਾਟ ਆ ਇਹ ਏਡੇ ਨੂੰ ਬਾਹਰ ਲਾਉਂਗੇ ਤਾਂ ਹੀ ਉੜਦੇ ਦਾ ਫਾਲ ਮੁੜ ਜਾਂਦੀ ਆ, ਲਾਉਂਗੇ ਤਾਂ ਹੀ ਉੜਦੇ ਦਾ ਫਾਲ ਮੁੜ ਜਾਂਦੀ ਆ, ਦੋ ਮਿੰਟ ਚ ਕਿਹੜੀ ਫਾਟ ਆ ਉਹਦੇ ਡਾਕਟਰ ਦੇ ਮੁੜ ਮੁੜ ਜਾਂਦਾ ਕਹਿੰਦੇ ਦਿੱਖੀ ਹੋਵੇ ਤੁਹਾਡਾ ਮੋਹੀ ਆ ਨਹੀਂ ਲੈ ਲੈ ਇਹਦੇ ਬਾਅਦ ਪਤਾ ਨਹੀਂ ਕੀ ਆਊਗੀ ਯਾਰ, ਪਤਾ ਨਹੀਂ ਕਹਿੰਦੇ ਪਾਣੀ ਕੱਢਣਾ ਤਾਂ ਜੈ ਵੀ ਜੈ ਮਾੜੀਆਂ ਪੈਗੇ ਦਿਖਾ ਮਾੜੀਆਂ ਪੈਗੇ ਤੇ ਮਾੜੀਆਂ ਇਹ ਕਿੱਥੇ 1,40,000 ਲਾਇਆ ਲੰਬਾ ਰੱਖ ਕਿਹੜਾ ਕਾਲ, ਤੇ ਤੇਜ਼ ਰੱਖ ਤੇਜ਼ ਮੈਂ ਤੇਜ਼ ਰੱਖੀ ਡਾਕਟਰ ਸੀ, ਤੇ ਪਜਾ ਕੰਮ ਕਰਨਾ ਕਿਹੜਾ ਪਾਉਣਾ ਆਲੀ ਹੰਭੂ ਫੜੀ ਜੇ ਲੰਬਾ ਜਾਏਗਾ ਬੜਾ ਗਿਆ ਪਹਿਲਾਂ ਸੀ ਟੂਚ ਦਾ।
ਹੁਣ ਦੇਖੀ ਚੱਲਦਾ ਗੋਲੀ ਮੂੰਹ ਚਲਾਉਣਾ ਚਾਹੀਦਾ ਗੋਲੀ ਮੂੰਹ ਚਲਾਉਣਾ ਨਾਲੇ ਇੱਕ ਇੱਕ ਕਿੱਲੀ ਆ ਪਿੱਛੇ ਮੈਂ ਕਹਿੰਦਾ ਇੱਕ ਵੀ ਨੀ ਹੋਣੀ ਪੂਰੀ ਖੁੱਲੀ ਵੀ ਆ ਹੁਣ ਸੁੱਕੇ ਥੋੜਾ ਮੂੰਹ ਨੀ ਨਾ ਬਣਿਆ ਹੈਗਾ ਖੇਤ ਸੁੱਕੇ ਬਹੁਤ ਹੈ ਹੁਣ ਦੇਖੀ ਫਾਹ ਪਾਉਣੀ ਆਉਣੀ ਹੈ ਦੂਰ ਨੂੰ ਪੜਦੀ ਆ ਤੇ ਵੀ ਜਾ ਕੇ ਪਹਿਲਾਂ ਦੂਰ ਨੂੰ ਪੜ ਉਹ ਦੂਰ ਘੱਟ ਆ ਉਹ ਦੂਰ ਮਾਤਰ ਮਿੱਟੀ ਹੈ ਪੜਦੀ ਮੋਟਰਸਾਈਕਲ ਲੱਗੇ ਕਰਦੇ ਵੀ ਕਹਿੰਦਾ ਢੀ ਉਹ ਅੱਗ ਲਾ ਦੇ ਜਾਂ ਪਰਾਂ ਗੇਰ ਦੇ ਥੱਪੜ ਉਹ ਪਾਣੀ ਲੈਣੇ ਸਾਰ ਤੂੰ ਆ ਗਏ ਸੁੱਕੇ ਖੇਤ ਆ ਗਏ ਜ਼ਿਆਦਾ ਯਾਰ ਠੀਕ ਹੈ ਇਹ ਬਾਲ ਵਧੀਆ ਬਣੀ ਆ ਮੈਂ ਬੜੀ ਨਰਮ ਜਿਹੀ ਹੁੰਦੀ ਨਾ ਚਾਰ ਕਿਣੀਆਂ ਪੈ ਜਾਂਦੀਆਂ ਫਿਰ ਦੇਖੀ ਪਟਾਕਾ ਪੈਂਦਾ ਫਿਰ ਤੁਸੀਂ ਉਹ ਕੋਕਾ ਮਾਉਣਾ ਤਾਂ ਵੀ ਵਾਹ ਕੇ ਹਾਂ ਲੈ ਲੈ ਕੰਮ ਤਾਂ ਫਿਰ ਵੀ ਤਾਂ ਇਹੀ ਗੱਲ ਬਣੀ ਹੁਣ ਆਏ ਆ ਵੀ ਜਿਹੜਾ ਮਾੜਾ ਮੋਟਾ ਖੱਬਾ ਘੰਟੇ ਕਿੰਨੇ ਸੁੱਕ ਜਾਣਾ ਖਤਮ ਗਾਣੀ ਹਾਂ ਗਾਹ ਪਾਉਂਦੀ ਆਉਂਦੀ ਗਾਹ ਲੈ ਵੀ ਚੱਲਦਾ ਕੰਮ ਇੱਥੋਂ ਦਾ ਲੱਗਿਆ ਰਸ਼ ਵੀਰ ਤੇ ਪੈਪਲਾਈਨ ਦੀ ਗੱਲ ਕਰਦੇ ਆਪਾਂ ਜਿੰਨੀ ਸਾਨੂੰ ਖੁਸ਼ੀ ਆ ਪੈਪਲਾਈਨ ਦੀ ਉਹਨਾਂ ਦੁੱਖ ਵੀ ਆ ਬਾਈ ਦੇਖੋ ਪੈਪਲਾਈਨ ਦਾ ਪੁਆਤ ਚਲੋ ਬੰਦਾ ਤਰੱਕੀ ਕਰਦਾ ਅੱਗੇ ਵੱਧਦਾ ਹਨਾ ਵਾਰਕਾਂ ਗਾਲੇ ਨੂੰ ਭਾਈ ਵਾਰਕਾਂ ਪਰ ਨਹਾਉਣੇ ਵਾਲਾ ਕੰਮ ਚੱਕ ਹੋ ਗਿਆ ਪਹਾੜਾਂ ਚ ਬੱਚਾ ਗਿਆ ਬਾਈ ਆਹ ਬੱਚਾ ਗਿਆ ਹੁਣ ਇਹ ਜੱਜੇ ਪਾਣੀ ਨਹੀਂ ਪੈਣਾ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਬਸ ਹੁਣ ਕਹਿਣ ਜੋਗਾ ਰਹੀ ਨਹੀਂ ਕੁਝ ਇੱਕ ਇਹੀ ਮੋਟਰ ਦੀ ਬਸ
ਮੋਟਰ ਦੀ ਉੱਪਰ ਸ਼ਾਮਾਂ ਦੀ ਠੰਡ ਠੰਡੀ ਰਹਿੰਦੀ ਗੰਨੇ ਨੂੰ ਪਾਉਣਾ ਯਾਰ ਪਾਣੀ ਇਹਨੇ ਯਾਰ ਦੇਖਿਆ ਵੀ ਔਖਾ ਹੋ ਗਿਆ ਤੁਸੀਂ ਵੀ ਆਉਣੇ ਆ ਯਾਰ ਮੈਂ ਗੰਨੇ ਨੂੰ ਪਾਉਣਾ ਦਾ ਪਾਣੀ ਯਾਰ ਤੁਸੀਂ ਫੇਰ ਖੋਲ ਲਿਆ ਕਾਲਾ ਹੋ ਕਿਆ ਕਰੇ ਇਹ ਸਵੀਮਿੰਗ ਪੂਲ ਬਣ ਸਕਦਾ ਮੈਂ ਕਹਿੰਦਾ ਵੀ ਇਹਦਾ ਉੱਥੇ ਆ ਉਹ ਸਾਹਮਣੇ ਬਾਬਾੜੇ ਕੋਲ ਬਾਕੀ ਬਾਈ ਹਰਸ਼ਵੀਨਾ ਦੇ ਰਿਸ਼ਤੇਦਾਰ ਵੀ ਆਏ ਆ ਉਹਨੇ ਵੀ ਆ ਪਾਈਪਲਾਈਨ ਦਬਾਉਣੀ ਆ ਉਹ ਉਹਦੇ ਵਿੱਚ ਬਣਾ ਦੀ ਬਾਕੀ ਵੀ ਬੰਦੇ ਵੀ ਆਏ ਹੋਏ ਆ ਪਰ ਕਿੱਥੇ ਗਏ ਹਰਸ਼ਵੀਨ ਮੇਰੇ ਨਾਲ ਆਇਆ ਯਾਰ ਉੱਧਰ ਗਿਆ ਤਾਂ ਯਾਰ ਓਏ ਬਾਈ ਚਲਾਓ ਹੁਣ ਤਾਰ ਥੱਲੇ ਲੋ ਬਾਈ ਬੈਠ ਰਹੇ ਆ ਚਾਚੇ ਨੇ ਮੂੰਹ ਪਨੀਰੀ ਵੱਲ ਨੂੰ ਕਰੇ ਹੋਏ ਆਪਣੇ ਤੁਹਾਨੂੰ ਪਤਾ ਹੀ ਹੈ ਪਨੀਰੀ ਥੋੜੀ ਜਿਹੀ ਇਹ ਭਾਰੂ ਭਰੇ ਬੀਜ ਹੋਈ ਆ ਜਾਂ ਮੌਸਮ ਹੋਈ ਤਾਂ ਥੋੜਾ ਜਿਹਾ ਇਹ ਪਨੀਰੀ ਹੈ ਰੋਲ ਰੋਲ ਯਾਰ ਗੱਗੇ ਸਵੇਰੋਂ ਦੁਪਹਿਰੇ ਨਾਲੋਂ ਪਹਿਲਾਂ ਕੁਛ ਵੀ ਨਹੀਂ ਦਿਖ ਰਹੀ ਮਾਰਦੀ ਆ ਦੇਖਦਾ ਹੈ ਹੁਣ ਰਹੀ ਲੱਗ ਦੇਖ ਰਹੀ ਕਿ ਨਹੀਂ ਹਰੇ ਮਾਰ ਲੱਗ ਗਈ ਮਾਰੀਆ ਹੱਥ ਹੱਥ ਪਾ ਤੋਂ ਕੀ ਕਹਦਾ ਆਪਣੇ ਹੀ ਦੇਖ ਰਹੇ ਕਿ ਮਾਰਦੀ ਮਾਰੂਗੀ ਨਹੀਂ ਦੋ ਦਿਨ ਚ ਐ ਇਕੜਾ ਹੀ ਐ ਕੋਈ ਕਿਹਦੇ ਪੈਣੀ ਕਿਹੜਾ ਗਾਦ ਆਈ ਇਹਦੇ ਪਰ ਤੂੰ ਪੱਟਣੇ ਨੀ ਦੇਖੀ ਗਿਆ ਸਵਾਦ ਆਉਣਾ ਇਹਦਾ ਮਈਆਂ ਨੂੰ ਰੌਲਾ ਪਾਈ ਗਏ ਮਰ ਗਏ ਵਧੀਆ ਜੇ ਮੈਂ ਤਰੀਕੇ ਹੀ ਵਧੀਆ ਪੰਬਾ ਵੀ ਕਹੇ ਪੰਬਾ ਵੀ ਪੰਬਾ ਉਹਦਾ ਬੋਲਿਆ ਨੀ ਪਹਿਲਾਂ ਹਿੱਟਾ ਨਹੀਂ ਤਾਂ ਦੇਣਾ ਮੈਨੂੰ ਕਹਿੰਦਾ ਚਾਚੇ ਤੇਰੇ ਮੈਨੂੰ ਕਹਿੰਦਾ ਪਹਿਲਾਂ ਹਿੱਟਾ ਇੱਦਾਂ ਦੇਣਾ ਮੈਂ ਦਾਦੇ ਦੀ ਸਪੋਰਟ ਨਹੀਂ ਹੁੰਦਾ ਹੈਗਾ ਮਾ ਉਹ 2 ਕਿਲੋ ਬੀਜ ਰੱਖਿਆ ਜਿੱਥੇ ਹੜਦੀ ਹੈ ਸਮਝਿਆ ਦੇਖੋ ਚਾਚਾ ਮੰਨੇ ਨਾ ਮੰਨੇ ਚਾਚੇ ਦੇ ਸਪੋਰਟ ਚ ਮੈਂ ਖੜਾ ਮਗਰ ਨਹੀਂ ਜੇ ਚਾਚੇ ਨੇ ਕਰਤੀ ਠੀਕ ਹੀ ਹੋਊਗਾ ਪਤਾ ਮੈਨੂੰ ਵੀ ਦਬ ਗਿਆ ਬਣਨਾ ਬਣਾ ਤਾਂ ਦੇਗਾ ਹੁਣ ਮੇਰੀ ਗੱਲ ਹਾਲੇ ਤਾਂ ਮਣ ਮੜੀ ਹੈ ਹਲੇ ਆਪਾਂ ਨੇ ਪਾਉਣੀ ਇਹਦੀ ਪਰਸੋਂ ਸਹੀ ਵੀਡੀਓ ਠੀਕ ਨੀ ਗੱਲ ਮੋਟਾ ਦੇਖ ਵੀ ਹੁਣ ਤੈਨੂੰ ਇੱਥੇ ਤੇ ਮਣ ਮੜੀ ਹਰਾਈ ਦਿਖਦੀ ਇਹਦੇ ਚ ਠੀਕ ਨੀ ਜਿਹੜੀ ਤੂੰ ਹੀ ਸਾਰੀ ਤੁਰ ਪਈ ਤੂੰ ਤੁਰ ਪਈ ਸਾਰੀ ਦੇਖਦੀ ਤੁਰੀ ਹੋਈ ਆ ਉਹ ਤਾਂ ਇਹਦਾ ਫੂਕਦੀ ਭੁੱਬਲ ਮਾ ਤਾਂ ਐਂ ਕਰਤਾ ਉਹ ਜਿਹੜਾ ਤਾਂ ਸਾਡਾ ਮੇਰਾ ਦਿਮਾਗ ਵੀ ਚੱਕਤਾ ਨਹੀਂ ਚਾਚੇ ਮੈਂ ਤੇਰੇ ਵੱਲ ਤਾਂ ਤੂੰ ਕੋਲ ਪਈ ਆ ਮੇਰੀ ਗੱਲ ਸੁਣ ਲਾ ਹੁਣ ਤੂੰ ਇਹਦਾ ਪਤਾ ਕਿਆ ਚੱਕਰ ਹੈ ਆਪਾਂ ਨੇ ਪਨੀਰੀ ਬੀਜਤੀ ਬੀਜਤੀ ਕਿਆ ਕਰਨਾ ਸਵੇਰੋਂ ਜਾਣਾ ਮੋਟਰਾਂ ਭਰ ਦੇਣੀ ਸਮਝਿਆ ਉਹ ਸਾਰਾ ਦਿਨ ਪਾਣੀ ਨੀ ਕੱਢਣਾ ਉਹਦਾ ਗਰਮ ਹੋਈ ਜਾਣੀ ਉਹ ਪਾਣੀ ਨੇ ਫੂਕੀ ਜਾਣੀ ਵਿੱਚ ਇਹ ਜੇ ਸਵੇਰੇ ਸ਼ਾਮ ਨੂੰ ਤੇ ਸ਼ਾਮ ਨੂੰ ਪਾਣੀ ਤਾਂ ਸਵੇਰੇ ਪਾਣੀ ਕੱਢ ਦੋ ਜੇ ਸਵੇਰੇ ਪਾਣੀ ਤਾਂ 12 ਵਜੇ ਪਾਣੀ ਕੱਢਣਾ ਪੈਣਾ ਇਹਦਾ ਜਿੰਨੇ ਜਿਹੜੇ ਛੋਟੇ ਛੋਟੀ ਆ ਇਹ ਐਨਣੀ ਕਾ ਜਿੰਨੇ ਐਨਣੀ ਕੁ ਜਾਥਾਂ ਹੀ ਸਮਝਿਆ ਗੱਲ ਇਹਦਾ ਪਾਣੀ ਕੱਢਣਾ ਪੈਣਾ ਬਾਈ ਹੁਣ ਜੇ ਹੁਣ ਮੈਂ ਨਾ ਕਰਦਾ ਦੁਪਹਿਰੇ ਪਾਣੀ ਇਹਦਾ ਦਵਾਈ ਛੁੱਟੀ ਨੇ ਕੱਲ੍ਹ ਮੈਂ ਭਰਤੀ ਫੁੱਲ ਇਹਦੇ ਮੈਂ ਖੜਾ ਦਿੱਤਾ ਮੈਂ ਘੰਟੇ ਤਕਰੀਬਨ ਪਾਣੀ ਤੇ ਮੈਂ ਕੱਲ੍ਹ ਸ਼ਾਮ ਨੂੰ 4 ਵਜੇ ਦਵਾਈ ਛੁੱਟੀ ਤੀ 12 ਵਜੇ ਪਾਣੀ ਕੱਢਿਆ ਇਹਦਾ ਕਹਿ ਘੰਟੇ ਹੋ ਗਏ ਸੋਲਾਂ ਸਤਾਰਾਂ ਘੰਟੇ ਹੋ ਗਏ ਹੋਣੇ ਮੈਂ ਕਹਿੰਦਾ ਹੈਂ ਸੋਲਾਂ ਸਤਾਰਾਂ ਘੰਟੇ ਪਾਣੀ ਖੜਾਇਆ ਮੈਂ ਇਹਦੇ ਮਾ ਹੁਣ ਜਾ ਇਹਨੂੰ ਗਰਮ ਹੋਣ ਲੱਗਿਆ ਪਾਣੀ ਮੈਂ ਬਾਹਰ ਕੱਢਤਾ ਬਸ ਪਾਣੀ ਕੱਢਿਆ ਮੁੱਲਾ ਤਾਂ ਸੁੱਕੇ ਗਿਆ ਸੁੱਕਿਆ ਨਹੀਂ ਕੱਢਿਆ ਮੈਂ ਬਾਹਰ ਕੱਢਿਆ ਵਾ ਇਹਦਾ ਪਾਣੀ ਨੱਕੇ ਵੱਟ ਦੋ ਦਿਨ ਪਾਸੇ ਨੂੰ ਹੁਣ ਜ਼ਿਆਦਾ ਹਰੀ ਮਾਰਦੀ ਆ ਇਹ ਗੱਲ ਅਸੀਂ ਕਰਕੇ ਹਟ ਲਏ ਹਾਂਜੀ ਫਿਰ ਕੀ ਰਾਏ ਤੁਹਾਡੀ
ਰਾਏ ਠੀਕ ਹੈ ਜੀ ਮਾਫੀ ਮੰਗੀ ਜੀ ਮਾਫੀ ਬਾਈ ਬਾਪੂ ਗਲਤੀ ਹੋ ਗਿਆ ਆ ਦੇਖ ਬਾਈ ਐਕਸਪੈਰੀਮੈਂਟ ਕਰਨਾ ਹੁੰਦਾ ਘਰ ਦੇ ਬੀਜ ਪਰ ਬੰਦਾ ਕਰ ਮੇਰੀ ਗੱਲ ਸੁਣ ਇਹ ਤਾਂ ਜੀਰੀ ਹੈ ਕਣਕ ਰੱਖਦੇ ਨੇ ਅੱਗੇ ਮੂਹਰੇ ਕਣਕ ਵੀ ਤੈਨੂੰ ਤੁਰ ਪੈਣੀ ਨਾਲੇ ਨਿੱਗਰ ਹੁੰਦੀ ਆ ਸਮਝਿਆ ਉਹਦੇ ਗਾਹਾਂ ਦੱਸਦੇ ਮੈਨੂੰ ਕਿੱਥੇ ਅੜੀ ਉੱਥੇ ਮੈਂ ਕਿਲੋ ਬੀਜ ਪਹੁੰਚਾਇਆ ਪੈਦਾ ਜਿਕਰਾ ਮੈਨੂੰ ਦੱਸਿਆ ਤਾਂ ਸਲਾਹ ਨਾਲੇ ਚੱਲਦਾ ਹੁੰਦਾ ਇੱਕ ਦੂਜੇ ਕੰਮ ਨਾਲ ਕਰੋ ਚੱਲ ਕਰ ਲੋ ਆਪਣੀ ਮਰਜ਼ੀ ਬੇਸ਼ੱਕ ਉਹ ਵਧੀਆ ਹੁਣ ਪ੍ਰਯੋਗ ਕਰਿਆ ਉਹ ਤਜਰਬਾ ਦੇਖੋ ਕਰਕੇ ਹੁਣ ਤਜਰਬਾ ਤਜਰਬਾ ਕਰਿਆ ਲੋਟ ਆ ਗਿਆ ਹਾਂ ਠੀਕ ਨਹੀਂ ਹੋਰ ਕੀ ਬਾਕੀ ਨੂੰ ਲੱਗਣਾ ਪਤਾ ਹੈਗਾ ਪਤਾ ਲਾ ਜੂਗਾ ਪਰਸੋਂ ਦਿਖਾਉਂਗਾ ਤੈਨੂੰ ਪਰਸੋਂ ਸਹੀ ਦੇਖੀ ਨੂੰ ਹੁਣ ਬਿੰਦਰ ਨੇ ਕਹਿੰਦੇ ਜੀ ਬੀਜਣੀ ਆਏ ਆ ਉਹ ਠੀਕ ਹੈ ਇਹਦੇ ਇਹਦੇ ਪਤਾ ਕੀ ਕਰੇ ਇਹਦੇ ਮੈਂ ਹੁਣ ਆਪਣੇ ਥੋੜੀ ਡਲੀ ਦੀ ਕੰਪਿਊਟਰ ਕਰਾਨੇ ਉੱਪਰ ਕੱਢੀ ਵੀ ਚੀਜ਼ਾਂ ਦੀ ਥੋੜੀ ਜੀ ਜੇ ਤਾਂ ਛਿੜਕਾ ਪਾ ਜਾਂਦਾ ਪਹਿਲਾਂ ਪਾਣੀ ਦਾ ਪਹਿਲਾਂ ਛਿੜਕਾ ਮਾਰੇ ਪਹਿਲਾਂ ਛਿੜਕਾ ਮਾਰ ਕੇ ਫਿਰ ਪੰਜੀ ਘੁਮਾਦੇ ਆ ਸਵਾਰ ਕੇ ਪੰਜੀ ਨਾ ਘੁਮਾਵੇ ਦੁਨੀਆ ਮੁੱਕ ਗਈ ਐ ਟੌਪ ਦੀ ਕਿਆ ਕਹਿੰਦੇ ਬਈਏ ਤੇਰੇ ਹੁਣ ਬਈਏ ਨਾਲ ਸਾਫ ਕਰਤਾ ਪਾਣੀ ਸੁੱਕ ਗਿਆ ਉਹ ਜਿਹੜਾ ਚੋਂਦਾ ਦਾ ਨਾ ਨਾ ਉਹ ਤਾਂ ਸੁੱਕ ਗਿਆ ਕਿੰਨਾ ਕੰਮ ਖਾਲ ਸਾਫ ਕਰਤੀ ਹਾਂ ਸਾਈਡਾਂ ਲਾਤੀ ਸਿਰ ਸੀ ਸਾਫ ਕਰਤੀ ਹਾਂ ਬਣਾਤੀ ਹੈ ਨਾ ਹਾਂ ਹੁਣ ਉਹ ਡੂੰਗੀ ਤਾਂ ਹੋਣੀ ਨਹੀਂ ਹੈਗੀ ਉਹਨੇ ਮਿੱਟੀ ਲਾਉਣੀ ਪੈਣੀ ਨਾਲ ਵਾਗੇ ਨਾਲ ਮਿੱਟੀ ਲਾਉਣੀ ਹੈ ਉਹਨੂੰ ਹਾਂ ਮਿੱਟੀ ਲੱਗ ਗਈ ਉਹਤੇ ਬਾਅਦ ਤੇਰਾ ਕਿਆ ਕਹਿੰਦੇ ਉਹਨੂੰ ਉਹ ਡੌਲਾਂ ਦੇ ਸਿਰੇ ਲਾਤੇ ਉਹਨੇ ਜਿਹੜੇ ਟਰੈਕਟਰ ਨਾਲ ਦੱਬਤੀਆਂ ਹੈ ਨਾ ਹਾਂ ਕਹਿੰਦਾ ਗੱਬੇ ਮਿੱਟੀ ਸਰਦਾਰ ਦੀ ਲੋੜ ਤਾਂ ਹੈ ਨਹੀਂ ਮੈਂ ਤੁਸੀਂ ਕੱਲੂ ਆਓ ਕੱਲੂ ਮਿੱਟੀ ਮਾੜਾ ਮਾੜਾ ਟੱਕ ਰੱਖ ਦਿਓ ਇੱਕ ਕੋਕਾ ਕੀ ਟੱਕ ਮੈਂ ਉਹਨੂੰ ਉਹਦੇ ਨਾਲ ਕਹੀ ਨਾਲ ਦੱਬ ਦੂੰਗਾ ਲੈ ਗੱਲ ਜਿੰਦਾ ਸਵਾਗਾ ਸੱਜ ਰਹੀ ਮੈਂ ਹੁਣ ਚੱਲਿਆ ਸਵਾਗਾ ਲੈ ਕੇ ਚੱਲ ਹੁਣ ਚੱਲ ਗਿਆ ਤੂੰ ਉੱਥੇ ਨੂੰ ਆ ਜੀ ਭਈਆਂ ਨੂੰ ਬਿਠਾ ਲਈ ਮੈਂ ਉਹਦੇ ਇੱਕ ਲੰਬੀ ਡੌਲ ਲਾ ਦੇਣੀ ਤਾਲਾਂਪੁਰ ਵਾਲੀ ਠੀਕ ਆ ਖਾਲ ਨੂੰ ਲਾ ਦੇਣੀ ਦੋਵੇਂ ਪਾਸੇ ਪੰਜੀ ਲੈ ਜਾਣੀ ਕੱਲੂ ਫਿਰ ਗੱਗੇ ਦੇ ਲੇਜ਼ਰ ਮਾਰ ਕੇ ਉਹ 5 ਕਿਲੋ ਲੇਜ਼ਰ ਮਾਰ ਦੇਣਾ ਠੀਕ ਆ ਓਕੇ ਆਪਣਾ ਤਾਂ ਨਵੇੜੀਏ ਕੰਮ ਠੀਕ ਹੈ ਇਹਦੇ ਬਾਪੂ ਨੂੰ ਕਰੀਏ ਡੌਲ ਪਾ ਦੇ ਇੱਥੇ ਪਾਉਣੀ ਹੈ ਮੈਨੂੰ ਹੋਰ ਮਾਰ ਲਈ ਜਿੰਦਾ ਲੈਣਾ ਪਾ ਕੇ ਬਾਅਦ ਮੈਂ ਆਪਣੇ 5 ਕਿੱਲਿਆਂ ਚ ਮਾਰ ਕੇ ਕਾਲੇ ਦੇ ਮਾਰਨਾ ਉਰੇ ਠੀਕ ਹੈ ਕਮਾ ਜੀ ਮਾਰੀ ਫਿਰ ਇੱਕ ਵਾਰ ਡੌਲ ਠੀਕ ਹੈ ਕਾਲੇ ਦੇ ਮਾਰ ਦੀ ਸਾਰੇ ਕੱਲ ਨੂੰ ਦਲਵੀਰ ਨੇ ਵੀ ਖੇਤ ਵਧਾਉਣਾ ਪਰ ਦਲਵੀਰ ਤਵੀਰ ਦੇ ਸਿਰ ਲੈਟ ਨਾ ਸੀ ਤੂੰ ਜਿੰਨੇ ਕੀਲੇ ਚ ਆਏ ਨਾ ਆਇਆ ਉਹ ਵੀ ਦਿਖਾਉਂਦੇ ਕੱਲ ਨੂੰ ਆਏ ਨੇ ਲੈਟ ਬਰਾਬਰ ਚਲੋ
ਗੁਸਤਾਖੀ ਮਾਫ ਦੂਰ ਮੇਰੀ ਗੱਲ ਸੁੱਕੇ ਆ ਖੇਤ ਮੀਂਹ ਨੀ ਪਿਆ ਪਿਆ ਦੂਰ ਨੂੰ ਤਵੀ ਘੁਸਦੀ ਜਾ ਕੇ ਫਿਰ ਬਾਕੀ ਬਾਈ ਆਪਣੇ ਕੋਲ ਹਾੜੂ ਪਸੀਣ ਦਾ ਬੀਜ ਵੀ ਆ ਜੇ ਕਿਸੇ ਵੀਰ ਨੇ ਲੈਣਾ ਉਹ ਖੜ ਗਿਆ ਤੈਨੂੰ ਬੀਜ ਚਾੜ ਚੜੀ ਆਪਣਾ ਉਹਦਾ ਅਸੀਂ ਸਿਰ ਪੰਡ ਬੰਨ ਕੇ ਦੇ ਸਕਦੇ ਆ ਲੈ ਬੀਜ ਦੇਖੀ ਤੂੰ ਕਿਆ ਕੰਮ ਨਾਲ ਸਾਲਾ ਇਹਨੇ ਪੂਰਾ ਹੋ ਜਾਣਾ ਇਹ ਇਹਦਾ ਆਪਾਂ ਅੱਗੇ ਰੱਖੇ ਕਰਦੇ ਤੇ ਹੁਣ ਰੱਖਦਾ ਨਹੀਂ ਨਾ ਕੋਈ ਜਾਂ ਤਾਂ ਬਲਦਾ ਨਾਲ ਗੱਲ ਨਹੀਂ ਹੁਣ ਤਾਂ ਸੈਸ਼ਾ ਨਾਲ ਨਹੀਂ ਕੱਢਦਾ ਕੋਈ ਦੇਖ ਲੈ ਕੋਈ ਵੀ ਫਸਲ ਆ ਟਾਈਮ ਦੀ ਆ ਨਾ ਅਗਰ ਸੀਣ ਦਾ ਹਾਲ ਦੇ ਲੱਗੇ ਲੈ ਦਾਣਾ ਦੱਸ ਦੇ ਵਾ ਕਿਹੜਾ ਮਾੜਾ ਬੀਜ ਦਾ ਬੀਜ ਦਾ ਦੇਖ ਲੈ ਕਿਹਾ ਪਿਆ ਸਰੋਂ ਦੇ ਦਾਣੇ ਵਰਗਾ ਪਿਆ ਸਾਰਾ ਹੀ ਦਾਣਾ ਦਾਣਾ ਪਿਆ ਹਲੇ ਮਾਂ ਲਿਆ ਥਾ ਕੱਢ ਕੇ ਰੱਖ ਲਈਏ ਕੱਢ ਲਿਆ ਇਹਨਾਂ ਨੇ ਕੱਢ ਲਿਆ ਨਹੀਂ ਉਹ ਪਨੀਰ ਟੱਪਣਾ ਇਹਨੇ ਉੱਡ ਕੇ ਮਿੱਟੀ ਬਹੁਤ ਉੜਨੀ ਆ ਨੇਰੀ ਕਾਲੀ ਉਹ ਮਰ ਜਾਣੀ ਫਿਰ ਬਾਪੂ ਜੇ ਮੇਰੀ ਸਲਾਹ ਮੰਨਦਾ ਤੂੰ ਹਾਂ ਸੋਨੀ ਨੇ ਤਾਂ ਆਉਣਾ ਹੀ ਆ ਹਾਂ ਆਪਣੇ ਕੋਲ ਗਾਡਰ ਪਏ ਆ ਹਾਂ ਉਹਨੇ ਸੁੱਖੇ ਨੇ ਪੈਪਾਂ ਉਹਦੀਆਂ ਗੱਡਣੀਆਂ ਇੱਕ ਥੈਲਾ ਹੋਰ ਲੱਗਣਾ ਬਜਰੀ ਦਾ ਸਮਝ ਗਿਆ ਉਹ ਜਗਾੜ ਜਿਹਾ ਬਣਵਾ ਕੇ ਖੜਾ ਲੈ ਸੋਨੀ ਤੇ ਠੀਕ ਆ ਉਹਦੇ ਬਾਅਦ ਮੈਂ ਉਹਦੇ ਲਿਆ ਕੇ ਟੀਨਾ ਪੇ ਪਾ ਦੇਣੀ ਆ ਉਹਦੇ ਮੁੰਡੇ ਤੇ ਟੀਨਾ ਦਾ ਕੰਮ ਰਹਿਣਾ ਆਪਣਾ ਬਸ 10 ਫੁੱਟੀਆਂ ਪਾ ਦੇਣੀਆਂ ਗੱਲ ਕਹਾਣੀ ਕੁਛ ਨਹੀਂ ਹੈਗੀ ਤੂੰ ਮੇਰੀ ਗੱਲ ਸਮਾਨ ਸਾਰਾ ਪਿਆ ਮੇਰੀ ਵੀ ਸੁਣ ਲੈ ਗੱਲ ਤੂੰ ਕੰਮ ਕਰ ਪਹਿਲਾਂ ਆਹ ਪਹਿਲਾਂ ਉਹਨੂੰ ਬਣਾਉਣ ਦੇ ਕਿਆ ਬਣਾਉਂਦਾ ਝੂੰਗੀ ਮੈਂ ਤਾਂ ਝੂੰਗੀ ਨੂੰ ਪਤਾ ਵੀ ਆਊਗਾ ਸਵੇਰ ਨੂੰ ਨਹੀਂ ਆਊਗਾ ਆ ਜਾਣਾ ਫਿਰ ਸਮਾਨ ਵੀ ਦੇਣਾ ਉਹਨੂੰ ਕੱਢ ਕੇ ਉੱਥੇ ਰੇਹਦਾ ਟੁੱਟੇ 40-50 ਤਾਂ ਟੁੱਟੇ ਰੇਹਦੇ ਜਿੰਨੇ ਪਏ ਆ ਪੂਰੇ ਉਹ ਤਾਂ ਚੱਲ ਨਿਕਲ ਜਾਣਾ ਸਮਾਨ ਤਾਂ ਉਹਦਾ ਚੱਕਰ ਨਹੀਂ ਹੈਗਾ ਇੱਧਰਲੀ ਸਾਈਡ ਗਲੀ ਵਾਲੀ ਨੂੰ ਪਾੜ ਲਾ ਲੂੰਗਾ ਲੈ ਵਾਹ ਉਹ ਪਿੱਛੇ ਕੰਧ ਪਾੜ ਲਾ ਦਿਓ ਪਹਿਲੇ ਥੜੀਆਂ ਬਣਦੀਆਂ ਨਹੀਂ ਹੋਰ ਉਹਨੂੰ ਪਾੜ ਲਾ ਹੁਣ ਬਣਾ ਕੇ ਟੋਟੇ ਜਿਸ ਤਰ੍ਹਾਂ ਮਰਜ਼ੀ ਪਾਈ ਆ ਸਿੱਧਾ ਪਿੱਲਰ ਤੇ ਇੱਧਰ ਪਿੱਲਰ ਤੱਕ ਕਰ ਲੈ ਬਸ ਹੁਣ ਮੇਰੀ ਗੱਲ ਸੁਣ ਉਹ ਤਵੀਆਂ ਸਿੱਧੀਆਂ ਖੜ ਗਈਆਂ ਉਹਦੇ ਨਾਲੇ ਤੇਰਾ ਰੂਟਾਵੀਟਰ ਖੜ ਜਾਣਾ ਸਿੱਧਾ ਹਾਲੇ ਖੁੱਲ ਜਾਣਾ ਇੱਥੇ ਬਰਾਬਰ ਬਥੇਰੀ ਜਗ੍ਹਾ ਜੇ ਜੀਰੀ ਜੂਰੀ ਵਾਲਾ ਟਰਾਲਾ ਸਾਡਾ ਛੋਟੇ ਲੋਟ ਬਾੜਦੇ ਆ ਲੋਟ ਖੜਾਦੇ ਆ ਉਹਦਾ ਬਥੇਰਾ ਸ਼ੈੱਡ ਆ ਪਰਲਾ ਇਧਰਲੀ ਸਾਈਡ ਨੂੰ ਜਾ ਕੇ ਬੈਗ ਲਾ ਲੈ ਟਰਾਲਾ 10 ਫੁੱਟ ਤੁਸੀਂ ਕਹੀ ਜਾਂਦੇ ਆ ਥੋੜਾ ਟਰਾਲਾ ਵੀ ਖੜ ਜੇਗਾ ਨਾ ਉਰੇ ਬਿੱਡ ਲੱਗਿਆ ਹੋਇਆ
ਯਾਰ 12 ਫੁੱਟ ਟੀਨ ਬਹੁਤ ਆ, ਵੱਧ ਨੀ ਪਾਉਣੀ। 12 ਦੇ ਵੱਧ ਕਿਹੜੀ ਹੁੰਦੀ ਆ? ਨਹੀਂ ਨਹੀਂ ਵੀ ਡਬਲ ਕਰਦੀ ਇਹਨੂੰ, 12 ਫੁੱਟ ਠੀਕ ਹੈ, ਲਾ ਕੇ ਆ ਜਾਣੀ। ਅੱਜ ਛੁੱਟੀ ਲੱਗਦੀ ਮੈਨੂੰ ਪਾਣੀ ਪੈਂਦਾ ਹੋਰ ਦੇਖ ਕੇ ਆਉਣੀ, ਗੱਗੇ ਦੀ ਵੀ ਦੇਖ ਕੇ ਆਉਣੀ ਅਸੀਂ, ਗੱਗੇ ਨੇ ਬੀਜੀ ਉਧਰ ਜੇ ਹੁਣ ਟਾਈਮ ਲੱਗ ਗਿਆ, ਹੁਣ ਦੇਖ ਕੇ ਆਉਣੀ ਆ। ਇੱਦਾਂ ਇਹਦੀ ਬੀਜੀ ਤੇ ਇਹਦੀ ਵੀ ਦੇਖ ਕੇ ਆਉਣੀ ਆ। ਮੈਂ ਕਹਿੰਦਾ ਫਿਰ ਆਪ ਹੀ ਦੇਖ ਤੂੰ ਬਹੁਤ ਵਧੀਆ ਮਾਸਣ ਨੇ ਰੱਖਿਆ ਇਹ ਤਰ੍ਹਾਂ ਦਾ ਬੀਜ ਹੈ, ਹਾੜੂ ਹੈ ਲੁਧਿਆਣੇ ਜੇ ਲੈ ਕੇ ਜਾਣਾ ਅਗਸਤ ਚ। ਓ ਬਾਈ ਉਹ ਮੋਟਰ ਵੇਚੀ ਉਹਨਾਂ ਨੇ, ਮੈਂ ਕਹੀ ਜਾਂਦਾ ਮੈਂ ਟਰਾਲਾ ਬਿੰਦਰ ਨਾਲ ਲੱਗਦਾ ਨੀ ਰੰਗ ਉਹ ਜਿਹਾ ਹੀ ਆ। ਮੋਟਰ ਹੈ, ਮੋਟਰ ਲੈ ਕੇ ਗਿਆ ਸਾਡੇ 23 ਦੀ ਬਿਕਣੀ ਆ ਸੀਜ਼ਨ ਮਈ ਆ, ਬਥੇਰੇ ਫੋਨ ਆਉਂਦੇ ਆ ਚੱਲ ਵੇਚ ਦਿੰਦੇ ਆ, ਕਢਾ ਲਓ ਉਹਨੂੰ ਹੁਣ। ਅਗਲੇ ਨੂੰ ਜਦੇ ਚੈੱਕ ਕਰਾਈਏ ਕਢਵਾ ਦਈਏ, ਰੰਗ ਨੀ ਮਾੜਾ ਉੱਠਵਾ ਜਿਹਾ ਹੋਇਆ ਰੰਗ ਵੀ ਬਹੁਤ ਉੱਠਦਾ ਕਹੀ ਜਾਂਦੇ ਹੁਣ ਨੀਲਾ ਹੀ ਕਰਾਉਣਾ ਸੰਜੇ ਨੂੰ ਬੁਲਾ ਕੇ। ਜੇ ਸੁੱਖੀ ਉਹਨੂੰ 1000 ਰੁਪਿਆ ਦੇ ਦਿੰਦੇ ਨਾ ਆਪਾਂ, ਉਹ ਬੰਦਾ ਇਹੋ ਜਿਹਾ ਉਹ ਪੈਸੇ ਖਾਣੇ ਵਾਲਾ ਨੀ ਹੈਗਾ। ਜੇ ਤਾਂ ਉਹਨੂੰ 10 ਰੁਪਏ ਵੀ ਸਾਈ ਦਿੰਦਾ ਤੇਰੇ ਰੰਗ ਕਰ ਜਾਣਾ ਤਾਂ ਉਹਨੇ, ਉਹਨੂੰ ਹਲੇ ਨੂੰ ਆਏ ਹੋ ਗਿਆ ਵੀ ਮੈਂ ਸਾਈ ਤਾਂ ਫੜੀ ਨੀ ਹੋਈ ਡੱਕਾ ਵੀ ਨਹੀਂ ਹੋਇਆ ਨਾ ਸਹੀ ਨਹੀਂ ਮੈਂ ਆਇਆ ਮੈਂ ਆਇਆ ਉਹਦਾ ਕੀ ਫਾਇਦਾ ਦੱਸਦਾ ਨਹੀਂ ਸੀ ਭੇ ਇਹਦਾ ਕਰਕੇ ਹੀ ਗਿਆ ਯਾਰ ਕਰ ਗਿਆ ਮੈਂ ਆਏ ਨਹੀਂ ਉਹਦੇ ਮਗਰ ਨਹੀਂ ਗਿਆ ਹੈਗਾ ਵੀ ਯਾਰ ਅੱਜ ਆਇਆ ਨਹੀਂ ਤੂੰ ਮੈਂ ਇਸ ਕਰਦੇ ਜਿੱਦਣ ਆਇਆ ਹੋਰ ਬੰਦਾ ਕੋਈ ਰੱਖਦਾ ਨਹੀਂ ਆਪੇ ਕਰਦਾ ਠੀਕ ਆ ਨਾ ਨਾ ਠੀਕ ਆ ਕਾਰੀ ਕਰਦਾ ਬਾਈ ਬਹੁਤ ਆ ਉਹਦੇ ਬੂਟ ਕੱਪੜੇ ਹੋਰ ਸਾਰਾ ਉੱਥੇ ਹੀ ਪਿਆ ਹੈਗਾ ਜੀ ਮੇਰੇ ਉਹ ਪਤਾ ਨਹੀਂ ਕੀ ਆ ਨਾ ਕੰਮ ਦੀ ਵਾ ਹੋਈ ਇਹ ਤਾਂ ਲੋ ਜੀ ਇਹ ਆਪਣੀ ਦੀ ਇਹ ਮੇਰੀ ਮੇਰੀ ਬਾਈ ਹਾਂ ਜਿਹੜੀ ਆਪਾਂ ਬੀਜ ਦੇ ਭਰਾਏ ਦੇ ਹਨਾ ਹਾਂ ਉਦੋਂ ਬੀਜੀ ਜਿਹੜੀ ਠੀਕ ਆ ਕੱਖ ਕੱਖ ਨਹੀਂ ਜਮਾ ਹੀ ਹੈਗਾ ਉਹਦੇ ਦੇਖ ਕੋਈ ਕੱਖ ਤਾਂ ਨੱਕਾ ਨਹੀਂ ਤੁਰਿਆ ਵਿੱਚ ਤੇ ਆਏ ਤੇ ਦਵਾਈ ਵੀ ਪਾਈ ਹੋਣੀ ਹੈ ਨਾ ਹਾਂ ਕੱਖ ਪਾਈ ਵੀ ਕੱਖ ਦੀ ਦਵਾਈ ਦਾ ਇਹ ਤਾਂ ਬਾਈ ਇੱਕ ਨਾ ਰੱਖਣ ਚੱਲਦੇ ਨੇ ਇਹਨੇ ਹੁਣ 4 ਦਿਨ ਦੀ ਥਾਈ ਦੇਖੀ ਨੇ ਫੂਕ ਹੋ ਜਾਣਾ ਪੱਤਾ ਫੂਕ ਹੋਣ ਲੱਗ ਜਾਣਾ ਇਹਦਾ ਇੰਨੀ ਰੋਹ ਚੱਲਦੀ ਸਾਲੀ ਗਰਮੀ ਹੁਣ 6 ਵੱਜ ਗਏ ਹੁਣ ਵੀ ਦੇਖ ਲਾ ਮੂੰਹ ਨਹੀਂ ਹੁੰਦਾ ਸੂਰਜ ਕਿੰਨੀ ਨੂੰ ਇੰਨਾ ਤਿੱਖਾ ਸੂਰਜ ਆਇਆ ਪਿਆ ਹੁਣ ਵੀ ਹੈ ਅਜਾ ਆਏ ਪਏ ਆ ਹਵਾ ਬੰਦ ਹੋ ਜਾਂਦੀ ਆ ਟਾਈਮ ਹਿਲਦਾ ਭੋਰਾ ਪੱਤਾ ਦੇਖ ਤਾ ਲੈ ਐ ਥਾਂ ਥੋਏ ਖੜੇ ਬੂਟੇ ਆ ਲੈ ਬੂਟਾ ਨਹੀਂ ਦਦਾ ਭੋਰਾ ਪੱਤਾ ਨਹੀਂ ਹਿਲਦਾ ਹੈਗਾ ਉਹ ਸਾਰਾ ਪਾਈ ਦਿੰਦਾ ਬੂਟਾ ਇਹ ਸਾਰੀ ਕੰਮ ਦਾ ਗਰਮੀ ਕੱਢੀ ਬਈ ਬੂਟਿਆਂ ਦੀ ਪਾਣੀ ਲਾ ਕੇ ਅੱਜ ਵੀ ਗਿੱਲਾ ਕਰਿਆ ਪਿਆ ਸਾਰਾ ਹੀ ਪਾਣੀ ਖੁੱਲ੍ਹਦੀ ਜਲਦੀ ਮੋਟਰ ਪਰ ਅੱਜ ਲਾਈਟ ਨਹੀਂ ਆਈ ਮੁੜਕੇ ਹਲੀ ਅੱਜ ਇਹਨੇ ਠੀਕ ਨਹੀਂ ਤਾਂ ਛੱਡਣੀ ਚਾਹੀਦੀ ਇਹਨਾਂ ਨੂੰ ਜੇ ਹਵਾ ਬੰਦ ਹੋਊਗੀ ਸ਼ਰਾਬ ਨੂੰ ਰੱਬ ਛੱਡਣੀ ਹੋਵੇ ਅੱਜ ਇਹਨਾਂ ਨੇ ਚੱਲ
ਦੇਖੀ ਜਾਂਦੀ ਕਿਆ ਬਣਦਾ ਟਾਈਮ ਚੇਂਜ ਕਰਿਆ ਬਾਈ ਹੈ ਟਾਈਮ ਵੀ ਚੇਂਜ ਕਰਿਆ ਨਾ ਵੀ ਰਾਤ ਨੂੰ ਨਾ ਛੱਡ ਦਿੰਦੇ ਦਿਨ ਮੇ ਦੱਖਣ ਚੜ ਜਾਂਦਾ ਹੋ ਸਕਦਾ ਜੀ ਫਲਟ ਪੈ ਜਾਂਦਾ ਫਿਰ ਤਾਂ ਹੀ ਲਾਈਟ ਬੰਦ ਕਰ ਦਿੰਦੇ ਐ ਮੱਕੀ ਦੇਖ ਤੂੰ ਮੱਕੀ ਵੀ ਜਾਂਦੀ ਛਲਾ ਮਾਰਦੀ ਉਧਰ ਕਿੰਨੀ ਕਿੰਨੀ ਦੀ ਇਹ ਮੱਕੀ ਪਾਣੀ ਮੰਗਦੀ ਆ ਕਰੀ ਉਂਗਲੀ ਜਾਂਦੇ ਨਹੀਂ ਦੀ ਉਂਗਲੀ ਜਾਂਦੇ ਉਧਰ ਪਾਣੀ ਲਾਇਆ ਨਹੀਂ ਜਿੱਦਣ ਪਾਏ ਤੇ ਐ 6 5 6 7 ਦਿਨ ਹੀ ਹੋਏ ਆ ਉਧਰ ਰੇ ਪਾਇਆ ਨਾ ਪਾਣੀ ਲਾਇਆ ਸੁੱਕੀ ਪਈ ਦੇਖ ਲੈ ਇਹ ਤਾਂ ਮੰਗਦੀ ਮੰਗਦੀ ਪਾਣੀ ਹਾਂ ਸੁੱਕੀ ਪਈ ਐ ਐ ਲੱਗੀ ਤਾਗਾ ਬੰਨ ਗਿਆ ਫਿਰ ਮੈਨੂੰ ਕਹਿੰਦਾ ਉਹ ਬੰਨ ਦਾ ਬੰਨਣ ਜੋਗੇ ਹੈਗੇ ਤੇ ਆ ਤਾਗਾ ਹੀ ਰੋਕਦਾ ਨਹੀਂ ਪੈਣਾ ਨੇ ਇੱਥੇ ਨੂੰ ਪੈਣਾ ਪਾਣੀ ਪੈਣਾ ਹੀ ਕਰ ਦੇਣੇ ਸੀ ਠੀਕ ਆ ਦੇਖੋ ਕਿਆ ਬਣਦਾ ਹੁਣ ਤਾਂ ਐਵੇਂ ਗਰਮੀ ਨੇ ਮਾਰੇ ਪਏ ਆ ਫੂਕੇ ਪਏ ਆ ਮੈਂ ਵੀ ਭਈਏ ਲੈਣ ਜਾਣਾ ਭਈਏ ਲਿਆਵਾਂ ਪਨੀਰ ਦੀ ਬਜਾਈ ਫੁੱਲ ਚੱਲਦੀ ਜਿੱਧਰ ਮਰਜ਼ੀ ਦੇਖ ਲੈ ਕੋਈ ਸਵਾਗੀ ਮਾਰਦਾ ਕੋਈ ਕੁਛ ਕਰਦਾ ਥੋਂ ਚੱਲਦਾ ਟਾਈਮ ਆ ਹੁਣ ਪੂਰਾ ਟਾਈਮ ਆ ਪਨੀਰ ਦਾ ਹੁਣ ਬਾਕੀ ਬਾਜਰਾ ਜਿਹੜਾ ਕਿੱਡਾ ਹੋ ਗਿਆ ਬਾਜਰਾ ਪੂਰਾ ਬੁੱਲਾ ਤੂੜੀ ਬੰਦੇ ਕਰਤੀ ਹੋਣੀ ਇਹਨੇ ਪਾਉਣੀ ਤੂੜੀ ਬਚਾਉਂਦਾ ਹੋਣਾ ਭਾਈ ਬਚਾਉਂਦਾ ਹੀ ਹੋਣਾ ਵੀ ਹਰਿਆਈ ਸੇਟਾ ਕਿਹੜਾ ਰੇਟ ਆ ਤੂੜੀ ਦਾ ਐਸੋ ਤੂੜੀ ਦਾ ਰੇਟ ਬੰਦਾ ਹੀ ਰਿਹਾ ਕੰਮ ਬੰਦਾ ਕੰਮ ਐਸੋ ਲੋਕਾਂ ਦੀ ਸ਼ੈੱਡ ਨੀ ਖਾਲੀ ਹੋਏ ਐਸਾ ਲੋਕਾਂ ਨੇ ਪਏ ਭਰੇ ਬਈ ਚਿਕਣ ਜਮਾਤਰ ਵਰਗੇ ਬੈਠੇ ਚਾਰ ਪੈਸੇ ਬੱਟੂ ਕੁੱਕਣੀ ਅਗਲਾ ਕਹਿੰਦਾ ਹੁਣ ਇੱਕ ਨਹੀਂ ਰੱਖ ਲਓ ਇਹਨੂੰ ਰੱਖ ਲਓ ਗਾਂ ਗਾਂ ਨੂੰ ਵੇਖ ਲੂੰਗੇ ਹੁਣ ਤਾਂ ਕਿਹਾ ਜਾ ਕਿਆ ਪਤਾ ਹੁਣ ਅਸਲ ਮੈਂ ਡੰਗਰੇ ਘਟਾਤੇ ਲੋਕਾਂ ਨੇ ਬਹੁਤ ਫਰਕ ਪੈ ਗਿਆ ਡੰਗਰ ਰਹਿ ਕੇ ਘਟਾਈ ਜਾਂਦਾ ਹੈ ਦੁੱਧ ਦਾ ਰੇਟ ਨਹੀਂ ਹੈਗਾ ਬਾਈ ਅਗਲਾ ਕਹਿੰਦਾ ਸਾਲੇ ਪੂਰੇ ਤਾਂ ਹੁੰਦੇ ਨਹੀਂ ਕਿਆ ਕਰੇ ਬੰਦਾ ਹੈ ਕਿ ਨਹੀਂ ਜਿਹੜਾ ਹੁਣ ਬੰਦਾ ਆਪ ਪਾ ਕੇ ਆਉਂਦਾ ਹੈ ਫੀਡ ਦੀ ਪੂਰੀ ਨਹੀਂ ਹੁੰਦੇ ਹਾਂ ਹੁਣ ਜਿਹੜੇ ਫਾਰਮ ਵਾਲੇ ਉਹ ਆਪ ਪਾ ਕੇ ਆਉਂਦੇ ਚੱਲ ਉਹਨਾਂ ਨੂੰ ਚਾਰ ਪੈਸੇ ਵੱਧਦੇ ਹੋਣਗੇ ਜਿਹੜੇ ਡੰਗਰ ਰੱਖੇ ਉਹਨਾਂ ਨੂੰ ਉਹਨਾਂ ਦੇ ਫੀਡਾਂ ਦੇ ਪੂਰੇ ਹੁੰਦੇ ਆ ਹੈ ਕਿ ਨਹੀਂ ਜਿਹੜਾ ਫਾਰਮ ਵਾਲਾ ਉਹ ਆਪ ਪਾ ਕੇ ਆਉਂਦਾ ਹੈ ਜਿੱਥੇ ਮਰਜ਼ੀ ਜਾਵੇ ਜਾਂ ਸ਼ਹਿਰ ਮਾ ਪਾਵੇ ਜਿੱਥੇ ਮਰਜ਼ੀ ਪਾਵੇ ਉਹਦਾ ਆਪਣਾ ਘਰ ਦਾ ਹੀ ਚੱਲਦਾ ਬਸ ਖਾਣੇ ਪੀਣੇ ਵਾਲੀ ਉਹੀ ਗੱਲ ਹੈ ਹੁਣ ਜਿਹੜਾ 2-2 ਕਿਲੋ ਅਗਲਾ ਲੈ ਕੇ ਜਾਂਦਾ ਫੀਡ ਪੀਂਦੇ ਪੂਰੇ ਨਹੀਂ ਹੁੰਦੇ ਹੈਗੇ ਯਾਰ ਹੈ ਕਿ ਨਹੀਂ ਅਗਲਾ ਕਹਿੰਦਾ ਇੱਕ ਅੱਧੀ ਰੱਖ ਲਓ ਚੱਲ ਸਰ ਗਿਆ ਆਪਣਾ ਘਰ ਦਾ ਸਰੀ ਜਾਵੇ ਹੈ ਕਿ ਨਹੀਂ ਠੀਕ ਆ ਪਨੀਰੀ ਭਾਈ ਠੀਕ ਆ ਕੱਖ ਨਹੀਂ ਹੈਗਾ ਜਮੇ ਠੀਕ ਆ ਭਾਈ ਹਰਾਈ ਭਾਈ ਜ਼ਿਆਦਾ ਉਹਨਾਂ ਨਾਲੋਂ ਤੁਹਾਡੇ ਨਾਲੋਂ ਹਾਂ ਬਾਕੀ 2 ਦਿਨ ਦੇ ਬਾਅਦ ਭਾਈ ਦਿਖਾਉਂਦੇ ਆ ਤੁਹਾਨੂੰ ਦੂਈ ਬੰਦੀ ਦੀ ਕਾਚੇ ਵਾਲੀ ਹਰਾਈ ਕਿਆ ਕਹਿੰਦੀ ਪਨੀਰੀ ਠੀਕ ਆ ਵੀ ਰੌਲੇ ਵਾਲੀ ਪਨੀਰੀ ਸਾਰਾ ਹੋ ਜਾਣੀ 10-20 ਦਿਨ ਥਈਆਂ ਨਾ ਹਾਂ 20 ਦਿਨ ਸਹੀ ਹੋ ਜਾਣੀ ਬਾਈ ਕੀ ਉਹਨਾਂ ਲਾ ਲੈਣੀ ਇਹ ਬਸ 21 ਤੱਕ ਤਿਆਰ ਹੋਣੀ ਹੈ ਕਿ ਉਹਨਾਂ ਲਾ ਗਏ ਨਾ